ਸਰਦਾਰੇ ਖਾਲਸਾ ਜੀ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਤੇ ਜਹਾਨ ਖਾਨ ਜਰਨੈਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ ਬੇਅਦਬੀ ਦਾ ਬਦਲਾ ਲੈਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੀ ਫੌਜ ਜਦੋਂ ਤਰਨ ਤਾਰਨ ਸਾਹਿਬ ਪੁੱਜੀ ਤਾਂ ਫੌਜਾਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਜੀ ਨੇ ਖੰਡੇ ਨਾਲ ਧਰਤੀ ਤੇ ਲਕੀਰ ਖਿੱਚ ਕੇ ਸਿੰਘਾਂ ਨੂੰ ਕੜਕਦੀ ਆਵਾਜ਼ ਵਿੱਚ ਆਖਿਆ, ਸਿੰਘੋ ਜਿਹੜੇ ਘਰੋਂ ਮਰਨ ਦਾ ਮਨ ਬਣਾ ਕੇ ਆਏ ਨੇ ਉਹ ਇਸ ਸ਼ਹੀਦੀ ਲਕੀਰ ਨੂੰ ਟੱਪਿਓ, ਦੂਜਾ ਕੋਈ ਬੰਦਾ ਲੀਕ ਨਾ ਟੱਪੇ। ਲੀਕ ਖਿੱਚਣ ਤੋਂ ਬਾਅਦ ਕੀ ਹੋਇਆ, ਕੌਣ ਕੌਣ ਲੀਕ ਟੱਪਿਆ, ਕਿੱਦਾਂ ਯੋਧੇ ਜੰਗ ਦੇ ਮੈਦਾਨ ਵਿੱਚ ਅੱਪੜੇ, ਉਸ ਵੇਲੇ ਦਾ ਸਾਰਾ ਸੀਨ ਦਾਸ ਤਰਸੇਮ ਸਿੰਘ ਮੂਰਾਂ ਵਾਲੀ, ਕੁਲਵੰਤ ਸਿੰਘ ਜੀ ਗੁਰਾਇਆ ਦੀ ਕਲਮ ਅਤੇ ਨਛੱਤਰ ਸਿੰਘ ਗਿੱਲ ਅਕਾਲ ਗੜੀਏ ਦੀ ਆਵਾਜ਼ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ ਹੈ। ਅੱਖੀਆਂ ਦੇ ਨਾਲ ਸਿੰਘ ਗੱਜਿਆ, ਉਹ ਖਿੱਚ ਕੇ ਮੀਆਂ ਨੂੰ ਸ਼ਮਸ਼ੀਰ ਨੂੰ, ਲਾਵਾਂ ਮੌਤ ਨਾਲ ਲੈਣ ਨੂੰ ਤਿਆਰ ਜੋ, ਸਿੰਘੋ ਉਹੀ ਬੰਦਾ ਟੱਪੇ ਹੋ ਲਕੀਰ ਨੂੰ, ਹੋ ਜ਼ਿੰਦਗੀ ਜੋ ਅੱਜ ਕੰਮ ਕਹਾਉਂਦੇ ਜ਼ਿੰਦਗੀ ਜੋ ਅੱਜ ਕੰਮ ਕਹਾਉਂਦੇ, ਹੋ ਮਰਨਾ ਤਾਂ ਸਾਰਿਆਂ ਅਖੀਰ ਨੂੰ। ਚੋਰੇ ਅੱਖੀਆਂ ਦੇ ਨਾਲ ਸਿੰਘ ਗੱਜਿਆ, ਖਿੱਚ ਕੇ ਮੀਆਂ ਨੂੰ ਸ਼ਮਸ਼ੀਰ, ਸਾਰੇ ਜਿਵੇਂ ਅੱਗ ਦੇ ਬਰੋਲੇ, ਹਾਥੀ ਤੋਂ ਚੌੜੇ ਮੁਗਲਾਂ ਦੇ ਘੋੜੇ ਅੱਗੇ ਲੱਗ ਕੇ ਦੌੜੇ, ਹੋ ਗਏ ਅੰਨੇ ਬੋਲੇ। ਮਸ਼ੀਨ ਨੂੰ ਲਾਵਾਂ ਮੌਤ ਨਾਲ ਲੈਣ
ਰਣਜੀਤ ਸਿੰਘ ਜੀ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ। ਕੜਕ ਦੀ ਆਵਾਜ਼ ਵਿੱਚ ਜਮਾਲ ਖਾਨ ਨੂੰ ਆਖਣ ਲੱਗੇ, ਓ ਜਾਪਦਾ ਏ ਤੈਨੂੰ ਕਿਸੇ ਦੱਸਿਆ ਨਹੀਂ ਸਾਡੇ ਬਾਰੇ, ਲੱਖਾਂ ਨੂੰ ਇਕੱਲਾ ਹੀ ਸੰਭਾਲ ਲੈਂਦਾ ਖਾਲਸਾ। ਆਰੇ ਤੇ ਤਵੀਆਂ ਤੇ ਮਰਦਾਂ ਦੀ ਛਵੀਆਂ ਤੇ ਦੇਗਾਂ ਵਿੱਚ ਖੁਦ ਨੂੰ ਉਬਾਲ ਲੈਂਦਾ ਖਾਲਸਾ। ਓਏ ਪੁੱਛਿਆ ਬਗੈਰ ਜਮ ਰਾਜ ਵੀ ਜੇ ਆ ਜਾਵੇ ਤਾਂ ਰੱਸੇ ਨਾਲ ਬੰਨ ਕੇ ਪਠਾਲ ਲੈਂਦਾ ਖਾਲਸਾ। ਸਿੰਘ ਨਹੀਂ ਬਚਨ ਪਲਟਾ ਸਕਦਾ, ਤੂੰ ਤਾਂ ਕਿਹਾ ਸੀ ਸੀਸ ਗੁਰੂ ਘਰ ਦੇਣਾ, ਪੰਜ ਮੀਲ ਤੇ ਡੇਰਾ ਨਹੀਂ ਲਾ ਸਕਦਾ। ਸਾਥੀ ਸਿੰਘ ਨੇ ਕਿਹਾ ਸੁਣ ਹੋਣੀਏ ਨੀ, ਇਹ ਤਾਂ ਅਜੇ ਵੀ ਲੱਖਾਂ ਨੂੰ ਢਾ ਸਕਦਾ। ਅਸੀਂ ਹੋਣੀਏ ਪੁੱਤ ਅਕਾਲ ਦੇ ਹਾਂ, ਓਏ ਕਾਲ ਸਿੰਘਾਂ ਦੇ ਨੇੜੇ ਨਹੀਂ ਆ ਸਕਦਾ। ਬਾਬਾ ਦੀਪ ਸਿੰਘ ਜੀ ਅਮਰ ਹੋ ਗਏ, ਸੀਸ ਚੌਥੇ ਪਾਤਸ਼ਾਹ ਨੂੰ ਭੇਜ।